ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ। ਖਬਰ ਪੰਜਾਬ ਤੋਂ ਜਿੱਥੇ ਘਰ ਦੇ ਬਾਹਰੋਂ ਇਸ ਤਰ੍ਹਾਂ ਬੱਚਾ ਹੋ ਗਿਆ ਲਾਪਤਾ, ਮੱਚੀ ਹਾਹਾਕਾਰ, ਭਾਲ ਜ਼ੋਰਾਂ 'ਤੇ ਜਾਰੀ ਜਾਣਨ ਦੇ ਲਈ। ਵੀਡੀਓ ਨੂੰ ਅੰਤ ਤੱਕ ਦੇਖ ਲਿਓ, ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ। ਵੀਡੀਓ ਨੂੰ ਲਾਈਕ, ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ। ਤਸਵੀਰ ਸਭ ਤੋਂ ਪਹਿਲਾਂ ਉਸ ਮਾਸੂਮ ਬੱਚੇ ਦੀ ਦਿਖਾ ਦਿੰਦੇ ਹਾਂ ਜੀ। ਇਹ ਉਸ ਬੱਚੇ ਦੀ ਤਸਵੀਰ ਆ ਜਿਹੜਾ ਆਪਣੇ ਘਰ ਦੇ ਬਾਹਰੋਂ ਗੁੰਮ ਹੋ ਗਿਆ। ਖਬਰ ਪੰਜਾਬ ਤੋਂ ਆ ਜਿੱਥੇ ਘਰ ਦੇ ਬਾਹਰੋਂ ਬੱਚਾ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਆ। ਤਸਵੀਰ ਤੁਸੀਂ ਧਿਆਨ ਦੇ ਨਾਲ ਬੱਚੇ ਦੀ ਦੇਖ ਸਕਦੇ ਹੋ। ਜੇਕਰ ਤੁਸੀਂ ਵੀ ਬੱਚਿਆਂ ਵਾਲੇ ਹੋ ਤਾਂ ਸਾਵਧਾਨ ਹੋ ਜਾਵੋ। ਹਾਹਾਕਾਰ ਮੱਚ ਗਈ ਆ। ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਜਲੰਧਰ ਤੋਂ ਸਾਹਮਣੇ ਆਈ ਆ, ਜਿੱਥੇ ਜਲੰਧਰ ਨਗਰ ਨਿਗਮ ਦੀ ਪਾਰਕਿੰਗ ਆਈ। ਉੱਥੇ ਜਲੰਧਰ ਨਿਗਮ ਦੀ ਪਾਰਕਿੰਗ ਦੇ ਵਿੱਚ ਠੇਕੇ 'ਤੇ ਕੰਮ ਕਰਦਿਆਂ ਇੱਕ ਮਿਊਂਸੀਪਲ ਕੁਆਟਰ ਦੇ ਵਿੱਚ ਰਹਿਣ ਵਾਲੇ ਮੁਲਾਜ਼ਮ ਦਾ ਪੁੱਤਰ ਲਾਪਤਾ ਹੋ ਗਿਆ। ਮੁਲਾਜ਼ਮ ਦਾ 12 ਸਾਲਾ ਬੱਚਾ ਘਰ ਦੇ ਬਾਹਰ ਤੋਂ ਹੀ ਗਾਇਬ ਹੋ ਗਿਆ। ਇਸ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੱਚਾ ਘਰ ਦੇ ਬਾਹਰ ਖੇਡ ਰਿਹਾ ਸੀ, ਨਜ਼ਦੀਕ ਲੱਗੇ ਨਗਰ ਨਿਗਮ ਦੇ CCTV ਕੈਮਰੇ ਖਰਾਬ ਹੋਣ ਕਰਕੇ ਬੱਚੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲ ਰਹੀ। ਪਰਿਵਾਰਕ ਮੈਂਬਰਾਂ ਵੱਲੋਂ ਬੱਚੇ ਦੀ ਭਾਲ ਕੀਤੀ ਜਾ ਰਹੀ ਆ। ਬੱਚੇ ਦੀ ਪੁਲਿਸ ਪਾਰਟੀ ਵੱਲੋਂ ਵੀ ਆਪਣੀ ਕਾਰਵਾਈ ਕਰਦੇ ਹੋਏ ਬੱਚੇ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਬੱਚੇ ਦੇ ਗਾਇਬ ਹੋਣ ਬਾਰੇ ਉਸ ਦੇ ਪਿਤਾ ਪਵਨ ਕੁਮਾਰ ਵੱਲੋਂ ਦੱਸਿਆ ਗਿਆ ਕਿ ਉਹ ਨਗਰ ਨਿਗਮ ਪਾਰਕਿੰਗ ਵਿੱਚ ਪਿਛਲੇ 8 ਮਹੀਨਿਆਂ ਤੋਂ ਕੰਮ ਕਰ ਰਿਹਾ ਹੈ। ਉਸ ਦਾ ਪਰਿਵਾਰ ਮਿਊਂਸੀਪਲ ਕੁਆਟਰ ਦੇ ਵਿੱਚ ਰਹਿੰਦਾ, ਉੱਥੇ ਹੀ ਘਰ ਦੇ ਬਾਹਰ ਉਹਨਾਂ ਦਾ ਪੁੱਤਰ ਰੋਜ਼ਾਨਾ ਦੀ ਤਰ੍ਹਾਂ ਖੇਡ ਰਿਹਾ ਸੀ। ਉਹਨਾਂ ਦੇ 12 ਸਾਲਾ ਪੁੱਤਰ ਕਸ਼ਮਸ਼ ਕੁਮਾਰ ਦੋ ਤਿੰਨ ਬੱਚਿਆਂ ਦੇ ਨਾਲ ਬਾਹਰ ਖੇਡ ਰਿਹਾ ਸੀ। ਕੱਪੜੇ ਵਿੱਚ ਕੋਈ ਚੀਜ਼ ਪਾ ਕੇ ਨਸ਼ਾ ਕਰ ਰਹੇ ਸਨ। ਉੱਥੇ ਹੀ ਉਹਨਾਂ ਦੇ ਬੱਚੇ ਆਪਸ ਵਿੱਚ ਲੜ ਪਏ ਅਤੇ ਪੁੱਤਰ ਨੂੰ ਵਾਪਸ ਆਪਣੇ ਘਰ ਲੈ ਆਇਆ। ਕੁਝ ਦੇਰ ਬਾਅਦ ਉਹਨਾਂ ਦਾ ਪੁੱਤਰ ਫਿਰ ਘਰ ਤੋਂ ਬਾਹਰ ਵਾਪਸ ਖੇਡਣ ਗਿਆ।